ਗਰਮੀਆਂ ਦਾ ਪਸੰਦੀਦਾ ਫਲ ਲਾਲ ਰੰਗ ਦਾ ਹਦਵਾਣਾ ਤਾਂ ਤੁਸੀਂ ਬਹੁਤ ਖਾਦਾ ਹੋਣਾ ਲੇਕਿਨ ਕਦੇ ਪੀਲੇ ਰੰਗ ਦਾ ਹਦਵਾਣਾ ਖਾਦਾ ਹੈ ਖਾਣਾ ਤੇ ਦੂਰ ਦੀ ਗੱਲ ਪੀਲੇ ਰੰਗ ਦਾ ਹਦਵਾਣਾ ਤਾਂ ਕਈ ਲੋਕਾਂ ਨੇ ਵੇਖਿਆ ਵੀ ਨਹੀਂ ਹੋਣਾ ਚਲੋ ਫਿਲਹਾਲ ਤੁਹਾਨੂੰ ਪੀਲੇ ਰੰਗ ਦਾ ਹਦਵਾਣਾ ਦਿਖਾਉਂਦੇ ਆਂ ਪਰ ਜੇ ਤੁਸੀਂ ਇਸ ਨੂੰ ਖਾਣਾ ਹੈ ਤਾਂ ਤੁਹਾਨੂੰ ਕਪੂਰਥਲਾ ਦੇ ਪਿੰਡ ਨਸੀਰੇਵਾਲ ਆਉਣਾ ਪਵੇਗਾ ਪਿੰਡ ਨਸੀਰੇਵਾਲ ਦੇ ਕਿਸਾਨ ਗੁਰਨਾਮ ਸਿੰਘ ਤੇ ਉਹਨਾਂ ਦੇ ਪਿਤਾ ਰਜਿੰਦਰ ਸਿੰਘ ਅਲੱਗ-ਅਲੱਗ ਵੈਰਾਈਟੀ اگਾਉਣ ਲਈ ਇਲਾਕੇ ਵਿੱਚ ਜਾਣੇ ਜਾਂਦੇ ਨੇ ਐਨੇ ਦਿਨ ਗੁਰਨਾਮ ਸਿੰਘ ਦੇ ਖੇਤ ਖਰਬੂਜੇ ਤੇ ਹਦਵਾਨੇ ਦੀ ਅਲੱਗ-ਅਲੱਗ ਵੈਰਾਈਟੀ ਨਾਲ ਮਹਿਕ ਰਹੇ ਨੇ ਇਹਨਾਂ ਵਿੱਚੋਂ ਬੋਬੀ ਕਿਸਮ ਦਾ ਖਰਬੂਜਾ ਤੇ ਪੀਲੇ ਰੰਗ ਦਾ ਔਹੀ ਹਦਵਾਣਾ ਕਾਫੀ ਖਾਸ ਹੋ ਗਏ ਨੇ ਪੀਲੇ ਰੰਗ ਦਾ ਹਦਵਾਣਾ ਨਵੀਂ ਕਿਸਮ ਹੋਣ ਕਰਕੇ ਲੋਕਾਂ ਵਿੱਚ ਆਕਰਸ਼ਣ ਦਾ ਕੇਂਦਰ ਵੀ ਬਣਿਆ ਹੋਇਆ ਹੈ ਇਸ ਦੇ ਨਾਲ ਖਾਣ ਦਾ ਸਵਾਦ ਵੀ ਹਦਵਾਣੇ ਨਾਲੋਂ ਜ਼ਿਆਦਾ ਮਿਲ ਰਿਹਾ ਹੈ ਔਰ ਓਹੀ ਕਿਸਮ ਦੇ ਪੀਲੇ ਹਦਵਾਣੇ ਦੀ ਬਜਾਏ ਗੁਰਰਾਮ ਸਿੰਘ ਸਮੇਤ ਕਈ ਕਿਸਾਨਾਂ ਨੇ ਪਿਛਲੇ 2-3 ਸਾਲਾਂ ਤੋਂ ਕਰਨੇ ਸ਼ੁਰੂ ਕੀਤੀ ਹੈ ਜਿਵੇਂ ਕਿ ਕਪੂਰਥਲਾ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਖਰਬੂਜਾ ਤੇ ਹਦਵਾਨਾ ਮੰਡੀ ਮੰਨਿਆ ਜਾਂਦਾ ਹੈ ਉੱਥੇ ਹੀ ਇਸ ਨਵੀਂ ਕਿਸਮ ਨੇ ਇਸ ਮੰਡੀ ਨੂੰ ਹੋਰ ਵੀ ਪ੍ਰਸਿੱਧੀ ਦਿਵਾਈ ਹੈ ਖੇਤੀਬਾੜੀ ਵਿਕਾਸ ਅਫਸਰ ਜਿਸਪਾਲ ਸਿੰਘ ਤੰਜੂ ਨੇ ਇਸ ਕਿਸਮ ਬਾਰੇ ਵਿਸਤਾਰ ਨਾਲ ਦੱਸਿਆ ਉਹਨਾਂ ਕਿਹਾ ਕਿ ਇਹ ਕਿਸਮ ਤਾਈਵਾਨ ਦੀ ਹੈ ਭਾਰਤ ਵਿੱਚ ਕੁਝ ਇੱਕ ਕਿਸਾਨ ਹੀ ਬਹੁਤ ਸੀਮਤ ਏਕੜ ਵਿੱਚ ਇਸੀ ਖੇਤੀ ਕਰਦੇ ਹਨ ਤੇ ਕਪੂਰਥਲਾ ਵਿੱਚ ਦੋ ਤਿੰਨ ਕਿਸਾਨ ਹੀ ਇਸ ਦੀ ਕਾਸਟ ਕਰ ਰਹੇ ਨੇ ਜਿੱਥੇ ਪੀਲੇ ਰੰਗ ਦੇ ਹਦਵਾਨੇ ਰੋਹੀ ਦਾ ਬੀਜ ਆਮ ਨਾਲੋਂ ਮਹਿੰਗਾ ਉਥੇ ਕੁਝ ਮਿਹਨਤ ਨਾਲ ਇਹ ਲਾਲ ਹਦਵਾਨੇ ਨਾਲੋਂ ਦੁੱਗਣਾ ਮਾਰਜਨ ਵੀ ਦਿੰਦਾ ਖੈਰ ਤੁਸੀਂ ਪੀਲੇ ਰੰਗ ਦਾ ਹਦਵਾਨਾ ਤਾਂ ਦੇਖ ਲਿਆ ਲੇਕਿਨ ਅਗਰ ਇਸ ਦਾ ਸਵਾਦ ਚਖਣਾ ਹੈ ਤਾਂ ਤੁਹਾਨੂੰ ਕਪੂਤਲਾ ਦੇ ਪਿੰਡ ਨਸੀਰੇਵਾਲ ਜਾਣਾ ਪਵੇਗਾ ਆਮ ਤਾਂ ਆਮ ਤਰਬੂਜ ਜਿਹਾ ਤਾਂ ਆਪਾਂ ਦੇਖਦੇ ਆ ਰਹੇ ਹਾਂ ਪਹਿਲਾਂ ਤਾਂ ਜੀ ਲਾਲ ਰੰਗ ਦਾ ਹੀ ਹੁੰਦਾ ਜੀ ਸਭ ਤੋਂ ਪਹਿਲਾਂ ਤੇਦਾ ਡਿਫਰੈਂਸ ਇਹ ਆ ਜੀ ਪੀਲੇ ਕਲਰ ਦਾ ਇਹਨੂੰ ਪਾਈਨੈਪਲ ਸ਼ੇਡ ਕਹਿੰਦੇ ਆ ਜੀ ਤੇ ਬਾਕੀ ਟੈਸਟ ਦੇ ਵਿੱਚ ਵੀ ਇਹ ਬਹੁਤ ਉਹਦੇ ਨਾਲੋਂ ਮਿੱਠਾ ਹੈਗਾ ਕਿੰਨੇ ਤੁਸੀਂ ਕਿੰਨੇ ਏਕੜ ਦੀ ਦੀ ਖੇਤੀ ਕਰਦੇ ਹੋ ਔਰ ਆਮ ਤਰਬੂਜ ਦੇ ਨਾਲ ਉਹਦਾ ਰੇਟ ਵਾਈਸ ਤੁਹਾਨੂੰ ਕੀ ਫਰਕ ਲੱਗਾ ਤੇ ਕੀ ਖੋਟ ਆਸੀ ਇਸ ਵਾਰੀ ਤਕਰੀਬਨ ਸਾਢੇ 3 ਏਕੜ ਦੇ ਵਿੱਚ ਇਹ ਤਰਬੂਜ ਲਗਾਇਆ ਜੀ ਤੇ ਇਹਦੀ ਜਿਹੜਾ ਸੀਡ ਦੀ ਕਾਸਟ ਹੈ ਦੂਸਰੇ ਤਰਬੂਜ ਨਾਲੋਂ ਜ਼ਿਆਦਾ ਤਾਂ ਪਰ ਇਹਦੇ ਜਿਹੜੀ ਆਪਣੇ ਕੀਮਤ ਆ ਉਹ ਵੀ ਉਹ ਤੋਂ ਡਬਲ ਦੇ ਵਿੱਚ ਰੇਟ ਦੇ ਵਿੱਚ ਵਿਕ ਰਿਹਾ ਤੇ ਇਥੇ ਆਪਾਂ ਕਪੂਥਾ ਦੀ ਗੱਲ ਕੀਤੀ ਜਾਵੇ ਕਿੰਨੇ ਕੁ ਲੋਕ ਜਿਹੜੇ ਆ ਇਹ ਨੂੰ ਲਗਾਉਂਦੇ ਆ ਤੁਸੀਂ ਕਿੰਨੇ ਸਾਲ ਤੋਂ ਲਗਾ ਰਹੇ ਸੀਗੇ ਅਸੀਂ ਤਕਰੀਬਨ ਪਿਛਲੇ ਸਾਲ ਤੋਂ ਹੀ ਸਟਾਰਟ ਕੀਤਾ ਜੀ ਪਿਛਲੇ ਸਾਲ ਥੋੜਾ ਜਿਹਾ ਲਗਾਇਆ ਸੀ ਇਸ ਵਾਰੀ ਸਾਢੇ 3 ਏਕੜ ਦੇ ਵਿੱਚ ਲਗਾਇਆ ਤੇ ਇਹਦੀ ਡਿਮਾਂਡ ਜ਼ਿਆਦਾ ਆ ਰਹੀ ਸੀ ਪਿਛਲੇ ਸਾਲ ਕਾਫੀ ਇਸ ਕਰਕੇ ਲਗਾਇਆ ਗਿਆ ਤੇ ਇਸ ਵਾਰੀ ਵੀ ਡਿਮਾਂਡ ਆ ਰਹੀ ਹੈ ਕਾਫੀ ਇਹਦੀ ਤੇ ਜਾ ਰਿਹਾ ਵਧੀਆ ਪ੍ਰਤੀ ਏਕੜ ਆਪਾਂ ਕਿੰਨਾ ਕੁ ਲੈ ਕੇ ਚੱਲਦੇ ਹਾਂ ਕਿ ਕੀ ਐਵਰੇਜ ਜਾਂਦਾ ਦੁੱਝਾ ਰੋ ਪ੍ਰਤੀ ਏਕੜ ਦੇ ਤਕਰੀਬਨ 100 ਕੁ ਕੁਇੰਟਲ ਦੇ ਲਾਗੇ ਬੰਨੇ ਝੜ ਆ ਜਾਂਦਾ ਜੀ ਤੇ ਉਸ ਹਿਸਾਬ ਨਾਲ ਮਾਰਕੀਟ ਦੇ ਹਿਸਾਬ ਨਾਲ ਜਿੱਦਾਂ ਹੁਣ 8 9 10 ਰੁਪਏ ਕਿਲੋ ਵਿਕ ਰਿਆ ਤੇ ਦੇਖ ਲੋ ਕਿੰਨਾ ਕ ਰਿਟਰਨ ਬਣੇਗਾ ਠੀਕ ਹੈ ਕੀ ਨਾਮ ਅੰਕਲ ਜੀ ਤੁਹਾਡਾ ਰਜਿੰਦਰ ਸਿੰਘ ਹਾਂ ਜੀ ਕਿੰਨੇ ਸਮੇਂ ਤੋਂ ਜਿਹੜੀ ਖੇਤੀ ਤੁਸੀਂ ਜਿਹੜੀ ਕੰਟੀਨੂ ਛੱਡ ਜਿਹੜੀ ਦੂਜੀ ਤਰਬੂਜ਼ ਖਰਬੂਜਾ ਰਗਾ ਕਰਦੇ ਕਾਫੀ ਸਾਲਾਂ ਤੋਂ ਅਸੀਂ ਖਰਬੂਜਾ ਬਾਕੀ ਲਾਉਂਦੇ ਰਿਹਾ ਪਹਿਲਾਂ ਇਹ ਹੁਣ ਦੂਰੇ ਬੋਵੀ ਤੇ ਇਹ ਹੁਣ ਕਿਸ ਸਮੇਂ ਸ਼ੁਰੂ ਕੀਤੀ ਆ ਇਹਦੇ ਵਿੱਚ ਵੀ ਤਿੰਨ ਚਾਰ ਵੈਰਾਈਟੀਆਂ ਹੋਰ ਹੈਗੀਆਂ ਜਿਹੜੀਆਂ ਦੂਰੇ ਤੋਂ ਪਰੋਂ ਪਿਛਲੇ ਸਾਲ ਤੋਂ ਹੀ ਸ਼ੁਰੂ ਕੀਤੀਆਂ ਸੀ ਇਹਦਾ ਹਾਂਜੀ ਜਿਹੜਾ ਜੈਲੋ ਪੀਲੇ ਰੰਗ ਦਾ ਜਿਹੜਾ دیਵਾਨਾ ਤਰਬੂਜ਼ ਹੈ ਇਹਦਾ ਕੀ ਫਰਕ ਹੈ ਕਹਿੰਦੇ ਚਾਹ ਇਹਦਾ ਫਰਕ ਹੈ ਇਹਦਾ ਇੱਕ ਤੇ ਰੇਟ ਵਾਲ ਮਿਲਦਾ ਹੈ ਕਿ ਟੇਸਟ ਵਿੱਚ ਵੀ ਬਹੁਤ ਵਧੀਆ ਹੈ ਉਹਦੇ ਨਾਲ ਖਾਣ ਨੂੰ ਬਹੁਤ ਵਧੀਆ ਹੈ ਕਿੰਨੇ ਤੁਸੀਂ ਇਹਦੇ ਵਿੱਚ 30 ਏਕੜ ਪੈਸੇ ਜਿਹੜੇ ਤੁਹਾਨੂੰ ਇਹਦੇ ਦੂਜਿਆਂ ਨਾਲੋਂ ਅਲੱਗ ਪੈਸੇ ਦੂਜਿਆਂ ਨਾਲੋਂ ਕਹਿੰਦੇ ਡਬਲ ਹੀ ਮਿਲ ਜਾਂਦੇ ਆ ਮੇਰਾ ਨਾਮ ਡਾਕਟਰ ਜਸਪਾਲ ਸਿੰਘ ਤੰਜੂਮ ਆ ਖੇਤੀਬਾੜੀ ਵਿਕਾਸ ਅਫਸਰ ਸultanpur Lodhi ਤੋਂ ਅੱਜ ਅਸੀਂ ਆਏ ਸੀਗੇ ਗੁਰਨਾਮ ਸਿੰਘ ਮੁੱਤੀ ਜੀ ਹੋਣਾ ਦੇ ਖੇਤਾਂ ਦੇ ਵਿੱਚ ਔਰ ਇਹਨਾਂ ਨੇ ਪਿਛਲੇ ਕੁਝ ਸਾਲਾਂ ਤੋਂ ਇਹ ਵੱਖਰਾ ਵੱਖਰਾ ਕੁਛ ਨਾ ਕੁਛ ਟਰਾਈ ਕਰਦੇ ਰਹਿੰਦੇ ਆ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਪੀਲੇ ਰੰਗ ਦੇ ਦਵਾਨੇ ਜਿਹੜੇ ਆ ਉਹਨਾਂ ਦੀ ਕਾਸ਼ਤ ਕੀਤੀ ਆ ਇਹ ਜਿਹੜਾ ਪੀਲੇ ਰੰਗ ਦੀ ਵੈਰੈਟੀ ਆ ਆਮ ਤੌਰ ਤੇ ਆਪਾਂ ਜਿੰਨੇ ਤਰਬੂਜ ਜਾਂ ਦਵਾਨੇ ਦੇਖਦੇ ਆ ਉਹ ਅੰਦਰੋਂ ਲਾਲ ਰੰਗ ਦੇ ਹੁੰਦੇ ਆ ਪਰ ਇਹ ਜਿਹੜੀ ਵੈਰੈਟੀ ਆ ਇਹ ਅੰਦਰੋਂ ਪੀਲੇ ਰੰਗ ਦੀ ਆ ਇਹਨਾਂ ਦੇ ਵਿੱਚ ਇਹਨਾਂ ਨੇ ਇਸ ਕਿਸਮ ਦੀ ਕਾਸ਼ਤ ਕੀਤੀ ਸੀਗੀ ਔਰ ਇਸ ਕਿਸਮ ਤੇ ਦੂਜੀ ਕਿਸਮ ਦੇ ਵਿੱਚ ਜਿਹੜਾ ਮੁੱਢਲਾ ਫਰਕ ਆ ਉਹ ਇਹਨਾਂ ਦੇ ਪਿਗਮੈਂਟ ਦਾ ਹੁੰਦਾ ਕਿਉਂਕਿ ਇਹਦੇ ਵਿੱਚ ਬੀਟਾ ਕੈਰੋਟਿਨ ਪਿਗਮੈਂਟ ਹੁੰਦਾ ਜਿਹੜਾ ਇਹਨੂੰ ਪੀਲੇ ਰੰਗ ਦਿੰਦਾ ਔਰ ਜਿਹੜਾ ਲਾਲ ਰੰਗ ਦਾ ਦਵਾਣਾ ਉਹਦੇ ਵਿੱਚ ਲਾਈਕੋਪੀਨ ਕੰਟੈਂਟ ਹੁੰਦਾ ਜਿਹੜਾ ਉਹਨੂੰ ਲਾਲ ਰੰਗ ਦਿੰਦਾ ਇਹ ਦਵਾਣਾ ਦੂਜੇ ਦਵਾਣੇ ਦੇ ਨਾਲੋਂ ਰੰਗ ਦੇ ਨਾਲ ਰੰਗ ਤੋਂ ਤਾਂ ਫਰਕ ਹੈ ਹੀ ਉਸ ਤੋਂ ਇਲਾਵਾ ਇਹਦੇ ਵਿੱਚ ਸਵਾਦ ਦਾ ਤੇ ਕੁਝ ਪਿਗਮੈਂਟ ਦਾ ਔਰ ਕੁਝ ਮਿਨਰਲਸ ਦਾ ਵੀ ਫਰਕ ਹੁੰਦਾ ਤੇ ਬਾਜ਼ਾਰ ਦੀ ਜੇ ਗੱਲ ਕਰੀਏ ਤੇ ਬਾਜ਼ਾਰ 'ਚ ਇਹਦੀ ਜਿਹੜੀ ਕੀਮਤ ਆ ਉਹਦੇ ਨਾਲੋਂ ਦੁੱਗਣੀ ਤੋਂ ਕਈ ਵਾਰੀ ਤਿੰਗਣੀ ਵੀ ਮਿਲ ਜਾਂਦੀ ਆ ਤੇ ਇਹਨਾਂ ਨੇ ਪਿਛਲੇ ਸਾਲ ਕੁਝ ਟ੍ਰਾਇਲ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ ਔਰ ਜਦੋਂ ਉਹਦਾ ਰਿਸਪਾਂਸ ਵਧੀਆ ਲੱਗਿਆ ਲੋਕਾਂ ਨੂੰ ਬਹੁਤ ਪਸੰਦ ਆਇਆ ਉਹ ਤੇ ਇਸ ਵਾਰੀ ਇਹਨਾਂ ਨੇ ਉਹਦੇ ਇਹ ਠੇਰੀਆ ਵੀ ਵਧਾਇਆ ਤੇ ਇਹ ਜਿਹੜਾ ਇਹਨਾਂ ਨੇ ਪ੍ਰੋਫਿਟ ਜਿਹੜਾ ਆ ਦੂਜੇ ਦੇ ਮੁਕਾਬਲੇ ਇਹਦੇ ਚ ਇਹਨਾਂ ਨੂੰ ਮੁਨਾਫਾ ਵੀ ਵੱਧ ਹੋਇਆ ਤੇ ਅਸੀਂ ਵੀ ਕਹਿੰਦੇ ਹਾਂ ਕਿ ਜਿੱਦਾਂ ਇਹਨਾਂ ਨੇ ਇੱਕ ਤਜਰਬਾ ਕੀਤਾ ਸੀ ਰਿਸਕ ਲਿਆ ਸੀ ਤੇ ਔਰ ਉਸ ਰਿਸਕ ਦਾ ਇਹਨਾਂ ਨੂੰ ਫਾਇਦਾ ਵੀ ਹੋਇਆ ਸੋ ਇਸੇ ਤਰ੍ਹਾਂ ਹੋਰ ਵੀ ਜਿਹੜੇ ਫਾਰਮਰ ਆ ਉਹ ਵੀ ਇਸੇ ਤਰ੍ਹਾਂ ਆਪਣਾ ਕੁਝ ਨਾ ਕੁਝ ਨਵਾਂ ਜਾਂ ਨਵੀਆਂ ਕਿਸਮਾਂ ਦੀ ਜਿਹੜੀ ਆ ਕਾਸ਼ਤ ਕਰਦੇ ਰਹਿਣ ਤੇ ਇਹ ਬੇਸਿਕਲੀ ਕਿਸਮ ਜਿਹੜੀ ਆ ਤਾਈਵਾਨ ਦੀ ਆ ਆਪਣੇ ਜਿਹੜਾ ਇੱਥੇ ਤਰਬੂਜ ਹੁੰਦਾ ਉਹ ਲਾਲ ਰੰਗ ਦਾ ਹੁੰਦਾ ਔਰ ਜ਼ਿਆਦਾਤਰ ਸੈਂਚਰੀ ਹੀ ਲਗਾਇਆ ਜਾਂਦਾ ਆਪਣੇ ਇਹ ਕਿਸਮ ਤਾਈਵਾਨ ਤੋਂ ਆ ਤੇ ਇਹਨਾਂ ਨੇ ਉਹ ਕਿਸਮ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਟਰਾਈ ਕਰ ਰਹੇ ਸੀ ਔਰ ਪਿਛਲੇ ਸਾਲ ਦਾ ਜਿਹੜਾ ਰਿਸਪੌਂਸ ਦੇ ਕੇ ਇਹਨਾਂ ਨੇ ਇੱਕੀ ਉਹਦੇ ਹੇਟ ਰਕਬਾ ਵਧਾਇਆ ਤੇ ਦੂਜੇ ਜਿਹੜਾ ਆਮ ਜਿਹੜਾ ਲਾਲ ਰੰਗ ਦਾ ਤਰਬੂਜ ਆ ਉਹਦੇ ਨਾਲੋਂ ਤਕਰੀਬਨ ਕੋਈ ਦੁੱਗਣੇ ਜਾਂ ਤਿੰਗਣੇ ਭਾਅ ਦਿੱਤੇ ਇਹਨਾਂ ਨੇ ਇਹ ਤਰਬੂਜ ਵੇਚਿਆ ਸੋ ਹੋਰ ਵੀ ਕਿਸਾਨ ਇਹਨਾਂ ਦੇ ਜਿਵੇਂ ਇਹਨਾਂ ਨੇ ਕੀਤਾ ਉਸੇ ਤਰ੍ਹਾਂ ਕਰਕੇ ਆਪਣਾ ਜਿਹੜਾ ਪ੍ਰੋਫਿਟ ਆ ਉਹ ਵਧਾ ਸਕਦੇ ਆ ਫਿਲਹਾਲ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਕਿਸਾਨ ਆ ਔਰ ਇੱਕ ਇਹ ਆ ਇੱਕ ਆਪਣਾ ਸਵਾਲ ਦੇ ਵਿੱਚ ਲਾਇਆ ਸੀ ਕਿਸੇ ਇੱਕ ਫਾਰਮਰ ਨੇ ਔਰ ਥੋੜੇ ਥੋੜੇ ਰਕਬੇ ਦੇ ਉੱਤੇ ਜਿਵੇਂ ਤਜਰਬੇ ਦੇ ਤੌਰ ਤੇ ਲਾ ਰਹੇ ਆ ਹਲੇ ਔਰ ਜਿਵੇਂ ਜਿਵੇਂ ਉਹਨਾਂ ਨੂੰ ਰਿਸਪਾਂਸ ਵਧੀਆ ਲੱਗ ਰਿਹਾ ਹੋ ਹੌਲੀ ਹੌਲੀ ਇਹਦੇ ਵਿੱਚ ਏਰੀਆ ਵਧੂਗਾ ਕਪੂਰਥਲਾ ਤੋਂ ਬਿਊਰੋ ਰਿਪੋਰਟ ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਪੱਪੀ ਟੀਵੀ